ਆਉਣ ਦਾ ਮਕਸਦ ਕੀ ਸੀਗਾ, ਵਿਚ ਰਹੇ ਹੋ ਤੁਸੀਂ ਲੋਕਾਂ ਦੇ ਵਿੱਚ ਵੀ, ਕੀ ਮਾਹੌਲ ਕੀ ਲੱਗ ਰਿਹਾ ਅਤੇ ਮਕਸਦ ਪਹਿਲਾਂ ਦਾ ਕੀ ਹੈ ਤੁਹਾਡਾ, ਮਤਲਬ ਅੱਜ ਆਏ ਹੋ ਤੁਸੀਂ ਧਰਨੇ ਦੇ ਵਿੱਚ? ਸਭ ਤੋਂ ਪਹਿਲਾਂ ਜੀ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ, ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਤੁਹਾਨੂੰ ਧੰਨਵਾਦ ਕਰਦਾ ਕਿ ਤੁਸੀਂ ਇਹ ਲੜਾਈ 'ਚ ਨਾਲ ਖੜ੍ਹੇ। ਮੀਡੀਆ ਬੜਾ ਬੜੀ ਵੱਡੀ ਚੀਜ਼ ਹੁੰਦਾ ਮੀਡੀਆ, ਕਿਉਂਕਿ ਇਹਦਾ ਅਸੀਂ ਅਸਰ ਇਹਨਾਂ 6-7 ਸਾਲਾਂ 'ਚ ਦੇਖਿਆ ਅਸੀਂ ਸਾਰਿਆਂ ਨੇ, ਕਿਉਂਕਿ ਮੀਡੀਆ ਜਦੋਂ ਇੱਕ ਗਲਤ ਰਾਹ 'ਤੇ ਪੈ ਗਿਆ ਸੀਗਾ, ਵੱਡਾ ਨੈਸ਼ਨਲ ਮੀਡੀਆ ਜਦੋਂ ਗਲਤ ਰਾਹ 'ਤੇ ਪੈ ਗਿਆ ਸੀਗਾ, ਤਾਂ ਉਦੋਂ ਅਸੀਂ ਸਾਡੇ ਮੁਲਕ ਦੇ ਲੋਕਾਂ ਨੂੰ ਗੁੰਮਰਾਹ ਹੁੰਦੇ ਦੇਖਿਆ। ਤਾਂ ਪਰ ਤੁਸੀਂ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਸਿੱਧੇ ਰਾਹ ਲੈ ਕੇ ਜਾ ਰਹੇ ਹੋ, ਇਸ ਲਈ ਮੈਂ ਧੰਨਵਾਦ ਕਰਦਾ ਤੁਹਾਡਾ ਕਿ ਤੁਸੀਂ ਜਾਗਰੂਕਤਾ ਲੈ ਕੇ ਆਏ ਸਾਰੇ। ਅਤੇ ਹੁਣ ਮੈਂ ਕੁਛ ਦਿਨਾਂ ਤੋਂ ਹਰ ਥਾਂ 'ਤੇ ਜਿੱਥੇ ਵੀ ਜਾਂਦਾ ਮੈਨੂੰ ਲੋਕ ਬੜੇ ਪਿਆਰ ਨਾਲ ਇਹ ਗੱਲ ਕਹਿੰਦੇ ਕਿ ਬੜਾ ਸੋਹਣਾ ਕੰਮ ਕਰ ਰਹੇ ਹੋ, ਪਰ ਪਿਛਲੇ 8-10 ਦਿਨਾਂ ਤੋਂ ਮੈਂ ਕਿਤੇ ਜਾਂਦਾ ਸੀਗਾ, ਉਦੋਂ ਮੈਨੂੰ ਕੋਈ ਵਿੱਚੋਂ 2-4 ਭਰਾ ਮਿਲਦੇ ਜਦੋਂ ਕਹਿੰਦੇ ਕਿ ਕਰ ਤਾਂ ਤੁਸੀਂ ਬੜਾ ਸੋਹਣਾ ਰਹੇ ਹੋ ਸਾਰੇ ਰਲ ਮਿਲ ਕੇ, ਪਰ ਚਲੋ ਗੱਲ ਸਿਰੇ ਨਹੀਂ ਲੱਗੀ। ਤਾਂ ਮੈਨੂੰ ਉਹ ਚੀਜ਼ਾਂ ਦਾ ਦੁੱਖ ਹੋਇਆ, ਕਿਉਂਕਿ ਨਿਊਜ਼ ਚੈਨਲ ਜਿਹੜੇ ਨੈਸ਼ਨਲ ਮੀਡੀਆ ਉਹ ਸਾਡੇ ਧਰਨੇ ਨੂੰ ਟੁੱਟਦਾ ਦਿਖਾ ਰਿਹਾ ਸੀ ਬੜਾ, ਕਿ ਹੁਣ ਲੋਕ ਨਹੀਂ ਆ ਰਹੇ ਉੱਥੇ, ਹੁਣ ਪੰਜਾਬ ਆਉਣਾ ਨਹੀਂ ਚਾਹੁੰਦਾ ਜਾਂ ਹਰਿਆਣਾ ਵੀ ਪਿੱਛੇ ਹਟ ਗਿਆ, ਇੱਦਾਂ ਦੀਆਂ ਖਬਰਾਂ ਉਹ ਲਾ ਰਹੇ ਸੀ। ਤਾਂ ਉਹਦਾ ਮੈਨੂੰ ਦੁੱਖ ਹੋਇਆ ਕਿ ਇੰਨੀਆਂ ਸ਼ਹੀਦੀਆਂ ਦੇ ਕੇ ਵੀ ਜੇ ਹਜੇ ਕੋਈ ਆਖੇ ਗੱਲ ਨਹੀਂ ਬਣੀ ਤਾਂ ਨਹੀਂ। ਤਾਂ ਉਮੀਦ ਕਰਦਾ ਕਿ ਦੁਬਾਰਾ ਫਿਰ ਤੋਂ ਜੋ ਹੋ ਸਕਦਾ ਸਾਡੇ ਤੋਂ ਕਰਾਂਗੇ, ਫਿਰ ਤੋਂ ਇਹ ਜੰਗ ਨੂੰ ਫਿਰ ਤੋਂ ਵੀ ਜਾਰੀ ਰੱਖਾਂਗੇ ਜੀ। ਕਿਸਾਨ ਐਂਥਮ ਤੁਹਾਡਾ ਗੀਤ ਸੀਗਾ, ਉਹਨੂੰ ਲੈ ਕੇ ਵੀ ਚਰਚਾ ਬਹੁਤ ਜ਼ਿਆਦਾ ਹੋਈ ਸੀਗੀ ਜੀ। ਕੁਛ ਇੱਕ ਸਿੰਗਰ ਇਹੋ ਜਿਹੇ ਸੀ ਜਿਨ੍ਹਾਂ ਦੇ ਗਾਣੇ ਵੀ ਯੂਟਿਊਬ ਨੇ ਡਿਲੀਟ ਕਰ ਦਿੱਤੇ, ਉਸ ਚੀਜ਼ ਨੂੰ ਕਿੱਦਾਂ ਦੇਖਦੇ ਜੀ? ਮੈਨੂੰ ਇੱਕ ਦੋ ਸ਼ਾਇਦ ਕਨਵਰ ਵੀਰੇ ਦਾ ਵੀ ਡਿਲੀਟ ਹੋਇਆ ਮੈਨੂੰ ਲੱਗਦਾ ਗਾਣਾ, ਅਤੇ ਹਿੰਮਤ ਸੰਧੂ ਵੀਰ ਦਾ ਵੀ ਹੋਇਆ। ਤਾਂ ਜੇ ਗਾਣੇ ਕਿਸਾਨੀ ਨੂੰ ਲੈ ਕੇ ਐਂ ਡਿਲੀਟ ਹੁੰਦੇ ਤਾਂ ਉਹ ਤਾਂ ਬੜੀ ਬੁਰੀ ਚੀਜ਼ ਹੈ ਜੀ। ਕਿਸਾਨੀ ਦੇ ਰਿਲੇਟਡ ਜੇ ਗਾਣਾ ਉਹ ਤਾਂ ਬੜੀਆਂ ਸਾਰੇ, ਚਾਹੇ ਐਂਥਮ ਹੈ, ਹਰ ਬੰਦੇ ਨੇ, ਹਰ ਸਿੰਗਰ ਭਰਾ ਨੇ, ਜਿੰਨਾ ਯੋਗਦਾਨ ਹੋਇਆ ਪਾਇਆ ਸਭ ਨੇ ਕੀਤਾ, ਤਾਂ ਡਿਲੀਟ ਹੁੰਦੇ ਤਾਂ ਮਾੜਾ ਹੀ ਹੈ ਜੀ। ਪਰ ਅਸੀਂ ਡਿਲੀਟ ਵੀ ਹੁੰਦੇ ਤਾਂ ਅਸੀਂ ਦੁਬਾਰਾ ਲੈ ਕੇ ਆਉਂਦੇ, ਕਨਵਰ ਵੀਰੇ ਨੇ ਵੀ ਮੈਨੂੰ ਲੱਗਾ ਦੁਬਾਰਾ ਲੈ ਕੇ, ਹਿੰਮਤ ਵੀਰ ਵੀ ਆ ਰਿਹਾ ਹੈਗਾ। ਤਾਂ ਸਾਰੇ ਜੇ ਡਿਲੀਟ ਹੁੰਦੇ ਆ, ਹਾਈ ਜੋ ਵੀ ਹੁੰਦਾ ਹੈਗਾ, ਅਸੀਂ ਦੁਬਾਰਾ ਲੈ ਕੇ ਗਾਣੇ ਆਵਾਂਗੇ। ਠੀਕ ਹੈ, ਹੁਣ ਕਿਸਾਨ ਐਂਥਮ 2 ਲਾਂਚ ਕਰਨ ਦੀ ਤਿਆਰੀ 'ਚੋਂ? 2 ਨੂੰ ਵੀ ਅਸੀਂ ਇੱਕ ਰੱਖਿਆ ਜੀ, ਸੋਚਦੇ ਹਾਂ ਕਿ 5 ਤਰੀਕ ਨੂੰ 3 ਵਜੇ ਸਾਰੇ ਵੀਰ ਭਰਾ ਇੱਥੇ ਆਈਏ, ਸਾਰੇ ਜਿੰਨੇ ਅਸੀਂ ਸਾਰਿਆਂ ਨੂੰ ਕਹਿ ਰਹੇ ਹੈਗੇ ਹਾਂ। ਹੁਣ ਮੈਂ ਜਾ ਕੇ ਇੱਥੋਂ ਵੀ ਗੱਲ ਕਰਦਾ ਸਾਰੇ ਵੀਰ ਭਰਾਵਾਂ ਨੂੰ, ਸਾਰੇ ਸਿੰਗਰ ਭਰਾਵਾਂ ਨੂੰ ਵੀ ਗੱਲ ਕਰੂੰਗਾ ਮੈਂ ਕਿ 5 ਤਰੀਕ ਨੂੰ 3-4 ਵਜੇ ਦਾ ਟਾਈਮ ਰੱਖਾਂਗੇ, ਜਿਹੜਾ ਅਸੀਂ ਸਾਰੇ ਦਿੱਲੀ ਪਹੁੰਚਾਂਗੇ, ਅਤੇ ਇੱਥੋਂ ਹੀ ਸਟੇਜ ਤੋਂ ਅਸੀਂ ਉਹ ਗਾਣੇ ਨੂੰ ਵੀ ਲਾਂਚ ਇੱਥੋਂ ਹੀ ਕਰਨਾ, ਅਤੇ ਫਿਰ ਤੋਂ ਸੋਚਦੇ ਹਾਂ ਕਿ ਇੱਕ ਵਾਰੀ ਫਿਰ ਤੋਂ ਸਾਡਾ ਯੂਥ ਇੱਥੇ ਆਵੇ। ਆਰਟਿਸਟ ਕਿਹੜੇ ਕਿਹੜੇ ਨੇ ਉਹਨਾਂ ਦੇ ਵਿੱਚ ਗਾਣੇ 'ਚ? ਪਹਿਲਾਂ ਵਾਲੇ ਲਗਭਗ ਸਾਰੇ ਆ ਜੀ, ਸਾਰੇ ਸਿੰਗਰ ਹੀ ਹੈਗੇ, ਬਟ ਇਸ ਵਾਰ ਹੈਗੇ 15-16 ਸਿੰਗਰ ਹੈਗੇ ਆ, ਅਤੇ ਪਹਿਲਾਂ ਇਕੱਲੀ ਅਫਸਾਨਾ ਸੀਗੀ ਕੁੜੀਆਂ 'ਚੋਂ, ਬਾਕੀ ਇਸ ਵਾਰ ਸ਼ਿਪਰਾ ਗੋਇਲ, ਇੰਦਰ ਕੌਰ ਅਤੇ ਰੁਪਿੰਦਰ ਹਾਂਡਾ ਜੀ, ਐਂ ਕਰਕੇ ਲਾਈਕ ਹੁਣ 15-16 ਸਿੰਗਰ ਹੈਗੇ ਜੀ। ਮੈਂ ਕਹਿ ਰਿਹਾ ਸੀ ਗਾਣੇ ਦਾ ਨਾਮ ਲੈ ਕਿਸਾਨ ਐਂਥਮ 2 ਜੀ। ਅਤੇ ਇੱਕ ਜਾਨ ਗਾਣੇ ਨੂੰ ਲੈ ਕੇ ਵੀ ਜਿਹੜੀ ਜੀ ਤੁਹਾਡੀ ਗ੍ਰਿਫਤਾਰੀ ਹੋਈ, ਹਾਂਜੀ, ਉਹ ਸਾਰਾ ਮਾਮਲਾ ਕੀ ਸੀ ਅਤੇ ਉੱਥੇ ਜਿਹੜਾ ਉਸ ਤੋਂ ਬਾਅਦ ਦਾ ਜਾਂ ਜੇਲ੍ਹ ਦਾ ਸਫ਼ਰ ਕਿੱਦਾਂ ਦਾ ਸੀ, ਕਿੱਦਾਂ ਦਾ ਤੁਹਾਡੇ ਨਾਲ ਵਿਵਹਾਰ? ਜੇਲ੍ਹ ਦਾ ਸਫ਼ਰ ਵਧੀਆ ਸੀਗਾ ਜੀ, ਕਿਉਂਕਿ ਮੈਂ ਜੇਲ੍ਹ ਦਾ ਸਫ਼ਰ ਸਾਰਾ ਵਧੀਆ, ਕਿਉਂਕਿ ਜਦੋਂ ਅਸੀਂ ਦਰਅਸਲ ਮੈਂ ਜੇਲ੍ਹ 'ਚ ਗਿਆ ਤਾਂ ਉੱਥੇ ਵੀ ਕਿਸਾਨੀ ਦੇ ਨਾਅਰੇ ਲੱਗੇ, ਤਾਂ ਇੱਕ ਰਿਸਪੈਕਟ, ਕਿਉਂਕਿ ਕਿਸਾਨ ਐਂਥਮ ਸਾਰੇ ਸੁਣੀ ਬੈਠੇ ਸੀਗੇ, ਜੇਲ੍ਹਾਂ 'ਚ ਵੀ TV ਚੱਲਦੇ ਹੈਗੇ ਹੈ, ਤਾਂ ਉੱਥੇ ਸਾਰੇ ਗਾਣੇ ਸੁਣੀ ਬੈਠੇ ਸੀਗੇ, ਤਾਂ ਉਹ ਰਿਸਪੈਕਟ ਸੀਗੀ, ਤਾਂ ਮੈਨੂੰ ਸਾਰਿਆਂ ਨੇ ਉਸ ਰਿਸਪੈਕਟ ਨਾਲ ਲਿਆ, ਚਾਹੇ ਉਹ ਪੁਲਿਸ ਦੇ ਮੁਲਾਜ਼ਮ ਸੀ, ਉਹ ਵੀ ਆ ਕੇ ਉਸ ਦੀ ਵਧਾਈ ਦਿੰਦੇ ਹੁੰਦੇ ਸੀ ਮੈਨੂੰ ਕਿ ਤੁਸੀਂ ਸਾਡੇ ਲਈ ਲੜਾਈ ਲੜ ਰਹੇ ਹੋ, ਤਾਂ ਖੁਸ਼ੀ ਹੁੰਦੀ ਹੈ ਕਿ ਅਸੀਂ ਵਧੀਆ ਕੰਮ ਕੀਤਾ, ਤਾਂ ਤਾਰੀਫ ਵੀ ਹੈ ਉਹਦੀ ਜੀ। ਤੁਸੀਂ ਇੱਕ ਗਾਣਾ ਲਿਖਣ ਕਰਕੇ ਜੇਲ੍ਹ 'ਚ ਗਏ ਜੀ, ਬੇਸ਼ੱਕ ਉਹਦਾ ਕਾਰਨ ਕੋਈ ਹੋਰ ਬਣਾਇਆ ਗਿਆ, ਪਰ ਤੁਹਾਨੂੰ ਵੀ ਪਤਾ ਵੀ ਉਹਨਾਂ ਦਿਨਾਂ ਦੇ ਵਿੱਚ ਹੈ ਨਾ ਸਾਰਾ ਕੁਛ ਜੀ, ਤੁਹਾਨੂੰ ਕਦੇ ਐਂ ਨਹੀਂ ਮਹਿਸੂਸ ਹੋਇਆ ਵੀ ਕਾਸ਼ ਜਾਂ ਛੱਡੋ ਕੀ ਮੈਂ ਗਾ ਲਿਆ ਜਾਂ ਤੁਹਾਡੇ ਪਰਿਵਾਰ ਨੂੰ ਜਾਂ ਕਦੇ ਇਹ ਤਾਂ ਨਹੀਂ ਮਨ 'ਚ ਆਈ? ਹੋਇਆ ਸੀਗਾ, ਮੈਂ ਉਦੋਂ ਗੱਲ ਉਦੋਂ ਵੀ ਮੈਂ ਕਰਦਾ ਹੁੰਦਾ ਸੀ, ਕਿਉਂਕਿ ਇੱਕ ਡਰ ਬੜਾ ਵੱਡਾ ਹੁੰਦਾ ਹੈਗਾ, ਅਸੀਂ ਜੇਲ੍ਹਾਂ 'ਚ ਜਦੋਂ ਜਾਂਦੇ ਹੈਗੇ ਹਾਂ ਤਾਂ ਇੱਕ ਵੱਖਰਾ ਮਾਹੌਲ ਦੇਖਣਾ, ਅਸੀਂ ਸਾਡੇ ਆਲੇ ਦੁਆਲੇ ਸਾਰੇ ਕ੍ਰਿਮੀਨਲ ਸੀ ਹੈਗੇ ਆ ਕੁਛ, ਚਲੋ 50-60% ਵਿਚਾਰੇ ਹੁੰਦੇ ਆ ਉਹ
ਹਾਲਾਤਾਂ ਦੇ ਕਰਕੇ ਹੀ ਆਉਂਦੇ ਜ਼ਿਆਦਾਤਰ ਲੋਕ, ਉੱਥੇ ਵੀ ਮੈਂ ਦੇਖਿਆ ਕਿ ਵਿਚਾਰੇ ਮਜਬੂਰੀਆਂ ਕਰਕੇ ਬੜੇ ਲੋਕ ਹੈਗੇ ਆ। ਅਤੇ ਥੋੜ੍ਹਾ ਮੈਨੂੰ ਸੀਗਾ ਕਿ ਕਿਵੇਂ ਜਿਹਦੀ ਜ਼ਿੰਦਗੀ 'ਚ ਆ ਗਏ ਕਿ ਮੈਂ ਗਾਣੇ ਲਿਖਦਾ ਹੈਗਾ, ਤਾਂ ਮੈਂ ਬਾਕੀ ਕਲਾਕਾਰਾਂ ਬਾਰੇ ਸੋਚਦਾ ਸੀਗਾ ਕਿ ਯਾਰ ਠੀਕ ਹੈ, ਪਰ ਮੈਂ ਕਿਵੇਂ ਦੇ ਕਿਹੜੇ ਰਾਹ ਪੈ ਗਿਆ ਕਿ ਮੈਂ ਜੇਲ੍ਹਾਂ ਕੱਟ ਰਿਹਾ। ਮੈਂ ਘਰਦੇ ਵੀ, ਮੇਰੇ ਮਾਤਾ ਹੱਸ ਰਹੇ ਸੀ ਮੈਨੂੰ, ਕਹਿੰਦੇ ਕਿ ਲੋਕਾਂ ਦੇ ਮੁੰਡੇ ਕਲਾਕਾਰ ਬਣਦੇ ਆ, ਕਿ ਉਹ ਕਹਿੰਦੇ ਵੀ ਕੋਠੀਆਂ ਪਾ ਲਈਆਂ, ਜ਼ਮੀਨਾਂ ਲੈ ਲਈਆਂ, ਅਤੇ ਕਹਿੰਦੇ ਵੀ ਘਰ ਵੀ ਸਾਡਾ ਉਹੀ ਪਿਆ ਹੈਗਾ, ਅਤੇ ਆਪ ਵੀ ਜੇਲ੍ਹਾਂ 'ਚ ਬੈਠਾ, ਸਾਨੂੰ ਵੀ ਜੇਲ੍ਹਾਂ 'ਚ ਬਿਠਾ ਦੇ ਤੂੰ। ਤਾਂ ਥੋੜ੍ਹਾ ਦੁੱਖ ਹੋਇਆ, ਪਰ ਉਹ ਸਾਰੀਆਂ ਚੀਜ਼ਾਂ ਜਦੋਂ ਮੈਂ ਬਾਹਰ ਆਇਆ ਉਹ ਸਾਰੀਆਂ ਚੀਜ਼ਾਂ ਮੇਰੇ ਅੰਦਰੋਂ ਨਿਕਲ ਚੁੱਕੀਆਂ ਸੀਗੀਆਂ, ਕਿਉਂਕਿ ਮੈਨੂੰ ਬਾਹਰ ਆ ਕੇ ਇਹ ਸੀਗਾ ਕਿ ਮੈਂ ਹੋਰ ਠੋਕ ਠੋਕ ਕੇ ਗਾਣੇ ਲਿਖੂੰਗਾ, ਅੰਦਰ ਬੈਠੇ ਨੇ ਵੀ ਮੈਂ ਗਾਣੇ ਲਿਖੇ। ਮੈਨੂੰ ਇਹ ਰਿਹਾ ਕਿ ਮੇਰੇ ਪਿੱਛੇ ਜੇ ਪੰਜਾਬ ਤੁਰਦਾ ਹੈਗਾ ਤਾਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਮੈਂ ਗਾਣੇ ਲਿਖਾਂ। ਇਕੱਲਾ ਇਹੀ ਮੁੱਦਾ ਨਹੀਂ, ਹਰ ਇੱਕ ਮੁੱਦੇ 'ਤੇ ਮੈਂ ਲਿਖਾਂ, ਹਰ ਇੱਕ ਮੁੱਦੇ 'ਤੇ ਬੋਲਾਂ। ਤਾਂ ਮੈਨੂੰ ਉਹਦਾ ਮਾੜਾ ਥੋੜ੍ਹਾ ਹੋਇਆ, ਮੇਰੇ ਲਈ ਚੰਗਾ ਇਹ ਹੋਇਆ ਕਿ ਮੈਂ ਫਿਰ ਤੋਂ ਉੱਠ ਕੇ ਆਇਆ, ਮਜ਼ਬੂਤੀ ਨਾਲ ਆਇਆ। ਜਾਣਕਾਰੀ ਦੀ ਗੱਲ ਕਰੀਏ, SSP ਪਟਿਆਲਾ ਵੱਲੋਂ ਇਹ ਕਿਹਾ ਗਿਆ ਕਿ ਉਹਦੇ ਨਾਲ ਤੁਸੀਂ ਯੂਥ ਨੂੰ ਉਕਸਾ ਰਹੇ ਹੋ ਜੀ ਵਾਇਲੈਂਸ ਕਰਨ ਦੇ ਲਈ ਜੀ। ਨਹੀਂ ਲੱਗਦਾ ਕਿ ਇਸ ਮਾਹੌਲ ਦੇ ਵਿੱਚ ਜਾਨ ਗਾਣਾ ਜਿਹੜਾ ਜਾਂ ਜਿਹੜੇ ਉਹਦੇ ਸ਼ਬਦ ਸੀ ਉਹ ਤੋਂ ਗੁਰੇਜ਼ ਕਰਨਾ ਚਾਹੀਦਾ ਸੀਗਾ? ਕਰਨਾ ਚਾਹੀਦਾ, ਬਟ ਮੈਂ ਖੁਦ ਮੈਂ ਸਟੇਜਾਂ 'ਤੇ ਵੀ ਇਹ ਜਾ ਕੇ ਕਹਿਣਾ ਜਾਂ ਮੇਰੇ ਇੰਟਰਵਿਊ ਵੀ ਹੁੰਦੇ ਉਦੋਂ ਵੀ ਕਹਿਣਾ ਕਿ ਜਿੰਨੇ ਇਹ ਗਾਣੇ ਹੁੰਦੇ ਆ, ਕਿਉਂਕਿ ਮੇਰੇ ਹਜੇ ਵੀ ਮੈਨੂੰ ਲੱਗਦਾ 50-60 ਗਾਣੇ ਇੱਦਾਂ ਦੇ ਆ ਜਿਹੜੇ ਪੁਰਾਣੇ ਰਿਕਾਰਡ ਹੋਏ ਵੀ ਹੈ, ਜਿਹੜੇ ਆ ਰਹੇ ਆ ਉਹ ਵੀ ਇੱਦਾਂ ਦੇ ਹੀ ਹੈਗੇ ਆ ਗਾਣੇ, ਇਸ ਟਾਈਪ ਦੇ ਆ ਉਹ ਵੀਰੇ। ਸਾਡੇ ਹੱਥ 'ਚ ਕੁਛ ਨਹੀਂ ਹੁੰਦਾ, ਉਹ ਕੰਪਨੀਆਂ ਦੇ ਹੱਥ 'ਚ ਹੁੰਦਾ ਹੈਗਾ, ਪ੍ਰੋਡਿਊਸਰ ਦੇ ਹੱਥ 'ਚ ਹੁੰਦਾ ਹੈਗਾ, ਸਿੰਗਰ ਦੇ ਹੱਥ 'ਚ ਹੁੰਦਾ। ਜਦੋਂ ਸਿੰਗਰ ਕਹਿੰਦਾ ਹੈ ਕਿ ਸਾਨੂੰ ਗਾਣਾ ਇੱਦਾਂ ਦਾ ਚਾਹੀਦਾ, ਤਾਂ ਰਾਈਟਰ ਨੂੰ ਉਹ ਲਿਖਣਾ ਪਊਗਾ। ਤਾਂ ਕੰਪਨੀ ਜਦੋਂ ਕਹਿੰਦੀ ਹੈ ਕਿ ਸਾਨੂੰ ਅਸੀਂ ਗਾਣਾ ਹੀ ਇੱਦਾਂ ਦਾ ਕਰਨਾ, ਤਾਂ ਉਹ ਕਿਤੇ ਨਾ ਕਿਤੇ ਅਸੀਂ ਜਦੋਂ ਸੁਣਨੇ ਬੰਦ ਕਰਾਂਗੇ, ਕੰਪਨੀਆਂ ਆਪ ਹੀ ਕਰਨੇ ਬੰਦ ਕਰ ਦੇਣਗੀਆਂ। ਬਾਕੀ ਉਹ ਗਾਣਿਆਂ ਦੀ ਤਾਂ ਮੈਂ ਸਖ਼ਤ ਆਪ ਵੀ ਖਿਲਾਫ ਕਰਦਾ ਹੈਗਾ ਕਿ ਗਾਣੇ ਚੰਗੇ ਹੀ ਹੋਣੇ ਚਾਹੀਦੇ ਆ, ਕਿ ਮੈਂ ਚਾਹੁੰਦਾ ਕਿ ਸਰੋਤੇ ਇੱਦਾਂ ਦੇ ਹੋ ਜਾਣ ਕਿ ਸਾਨੂੰ ਗਾਉਣਾ ਹੀ ਨਾ ਪਵੇ। ਕਿਸਾਨੀ 'ਤੇ ਅੱਜ ਸਾਰੇ ਲੋਕ ਕਿਸਾਨੀ 'ਤੇ ਸੁਣ ਕੇ ਖੁਸ਼ ਆ, ਕਿਉਂਕਿ ਕਿਸਾਨੀ 'ਤੇ ਸਾਰੇ ਗਾਣੇ ਕਿਸਾਨੀ 'ਤੇ ਹੋ ਰਹੇ ਆ। ਇੱਦਾਂ ਹੀ ਜਿੱਦਾਂ ਅਸੀਂ ਮਾੜੇ ਗਾਣੇ ਸੁਣਨੇ ਛੱਡ ਦਿਆਂਗੇ, ਉੱਦਾਂ ਕੋਈ ਕਲਾਕਾਰ ਦੀ ਹਿੰਮਤ ਹੀ ਨਹੀਂ ਪੈਣੀ ਕਿ ਗਾਣਾ ਇੱਦਾਂ ਦਾ ਕਰੇ। ਇਹ ਵੀ ਨਹੀਂ ਮਹਿਸੂਸ ਹੁੰਦਾ ਕਿ ਜਿੱਦਾਂ ਦੀ ਅਸੀਂ ਸਰੋਤਿਆਂ ਨੂੰ ਆਦਤ ਪਾ ਦਾਂਗੇ ਉੱਦਾਂ ਦੀ ਉਹ ਆਦਤ ਪਾ ਲੈਣਗੇ, ਅਤੇ ਪਹਿਲ ਸਾਡੇ 'ਚੋਂ ਕਿਸੇ ਇੱਕ ਨੂੰ ਕਰਨੀ ਪਊ? ਪਹਿਲ ਸਾਰੀ ਇੰਡਸਟਰੀ ਕਰ ਚੁੱਕੀ ਹੈ ਆਲਰੇਡੀ ਜੀ, ਸਾਰੇ ਕਿਸਾਨੀ ਧਰਨਿਆਂ 'ਚ ਵੀ ਆ ਰਹੇ ਹਾਂ ਅਸੀਂ, ਅਤੇ ਬਾਬਾ ਜੀ ਮਿਹਰ ਕਰਨ ਆ ਗਾਣੇ ਜਿਵੇਂ ਕਿਸਾਨੀ 'ਤੇ ਆ ਰਹੇ ਆ, ਅਸੀਂ ਪੰਜਾਬ ਦੇ ਮੁੱਦਿਆਂ 'ਤੇ ਹੁਣ ਗਾਣੇ ਆਉਣੇ ਸ਼ੁਰੂ ਹੋ ਜਾਣਗੇ, ਹੁਣ ਸਾਰੇ ਲਿਖਣਾ ਸ਼ੁਰੂ ਕਰ ਦੇਣਗੇ, ਬੋਲਣਾ ਸ਼ੁਰੂ ਕਰ ਦੇਣਗੇ ਜੀ। ਹੋਰ ਇਸ ਤੋਂ ਪਹਿਲਾਂ ਬਹੁਤ ਸਾਰੇ ਅਜਿਹੇ ਗਾਣੇ ਆਏ ਜਿਹੜੇ ਸੱਚਮੁੱਚ ਅਸੀਂ ਨਾ ਤਾਂ ਪਰਿਵਾਰ 'ਚ ਬਹਿ ਕੇ ਸੁਣ ਸਕਦੇ, ਸ਼ਬਦਾਵਲੀ ਔਰ ਵੀਡੀਓਜ਼ ਵੀ ਆਈਆਂ ਜੀ, ਪਰ ਉਹੋ ਜਿਹਾ ਕੋਈ ਵੀ ਗਾਣਾ ਕਦੇ ਸਰਕਾਰਾਂ ਨੇ ਡਿਲੀਟ ਨਹੀਂ ਸੀ ਕਰਵਾਇਆ। ਕਿਸਾਨੀ ਦੇ ਗਾਣੇ ਯੂਟਿਊਬ ਤੋਂ ਡਿਲੀਟ ਹੋ ਰਹੇ ਆ, ਕੀ ਮਤਲਬ ਉਸ ਚੀਜ਼ ਤੋਂ ਵੱਧ ਖਤਰਾ ਸਰਕਾਰ ਨੂੰ ਇਹ ਵੀ ਉੱਧਰ ਲੱਗੇ ਰਹਿਣ ਤਾਂ ਕੋਈ ਚੱਕਰ ਨਹੀਂ ਪਰ ਕਿਤੇ ਸਹੀ ਰਾਹ 'ਚ ਨਾ ਆ ਜਾਣ? ਬਿਲਕੁਲ ਜੀ, ਜੇ ਤੁਸੀਂ ਜਾਗਰੂਕ ਹੋਵੋਗੇ ਤਾਂ ਸਭ ਤੋਂ ਵੱਡਾ ਨੁਕਸਾਨ ਉਹਦਾ ਸਰਕਾਰਾਂ ਨੂੰ ਹੈ, ਕਿਉਂਕਿ ਅੱਜ ਇਹ ਧਰਨੇ ਤੋਂ ਵੀ ਮੈਂ ਇੱਕ ਗੱਲ ਤੋਂ ਕਹਿਣਾ ਹੁੰਦਾ ਕਿ ਜਦੋਂ ਅਸੀਂ ਜਾਣਾ ਇੱਥੋਂ ਜਿੱਤ ਕੇ ਹੀ ਹੈ, ਪਰ ਜਦੋਂ ਅਸੀਂ ਵਾਪਸ ਪੰਜਾਬ ਨੂੰ ਮੁੜਾਂਗੇ, ਸਾਡਾ ਯੂਥ ਐਡੀ ਮੁਹਿੰਮ ਐਡਾ ਧਰਨੇ ਨੂੰ ਜਦੋਂ ਚਲਾ ਰਿਹਾ, ਤਾਂ ਉੱਥੇ ਛੋਟੇ ਛੋਟੇ ਧਰਨੇ ਇੰਨੇ ਹੋਇਆ ਕਰਨਗੇ। ਜਦੋਂ ਵੀ ਕੋਈ ਬੰਦਾ ਕੋਈ ਲੀਡਰ ਹੈਗਾ ਜਾਂ ਕੋਈ ਵੀ ਬੰਦਾ ਕਿਤੇ ਧੱਕਾ ਕਰਦਾ, ਤਾਂ ਇੱਦਾਂ ਹੀ ਧਰਨੇ ਪੰਜਾਬ 'ਚ ਲੱਗਿਆ ਕਰਨਗੇ। ਅਸੀਂ ਆਪਦਾ ਹੱਕ ਲੈਣਾ ਸਿੱਖ ਚੁੱਕੇ ਹਾਂ ਇਹਦੇ ਨਾਲ। ਜਿਹੜਾ ਗਾਣੇ ਨੂੰ ਲੈ ਕੇ ਤੁਹਾਡੀ ਗ੍ਰਿਫਤਾਰੀ ਹੋਈ ਜੀ, ਪਰਚੇ ਵੀ ਦਰਜ ਹੋਏ, ਉਹਦੀ ਪ੍ਰੋਸੀਡਿੰਗ ਕਿੱਥੇ ਤੱਕ ਪਹੁੰਚੀ ਹੈ, ਕੀ ਲੱਗਦਾ ਕਿ ਉਹਦਾ ਫੈਸਲਾ ਕੀ? ਫੈਸਲਾ ਉਹਦੀਆਂ ਤਰੀਕਾਂ ਪੈ ਰਹੀਆਂ ਹੈਗੀਆਂ ਜੀ, ਜੋ ਜੱਜ ਸਾਹਿਬ ਜੋ ਉਹਦਾ ਫੈਸਲਾ ਕਰਨਗੇ ਉਹੀ ਹੋਣਾ, ਬਟ ਉਹਦੀਆਂ ਤਰੀਕਾਂ ਪੈ ਰਹੀਆਂ ਹੈਗੀਆਂ, ਹੁਣ ਚੱਲ ਰਿਹਾ ਉਹਦਾ ਜੀ। ਕੁਛ ਗੁਣਗੁਣਾ ਸਕਦੇ ਹੋ ਨਵੇਂ ਗਾਣੇ ਦਾ ਅਗਰ? ਬਿਲਕੁਲ ਬਿਲਕੁਲ, ਮੈਂ ਨਵੇਂ ਗਾਣੇ ਦੀਆਂ ਲਾਈਨਾਂ ਸੁਣਾਉਣਾ ਕੁਛ। ਤੁਹਾਡੇ ਹੱਥ 'ਚ ਕੰਗਣਾ ਹੈ, ਆਓ ਤੁਹਾਡੇ ਪੈਰ 'ਚ ਪਾਇਲਿਆ, ਸਾਡੇ ਹੱਥੀਂ ਚੰਡੇ ਨੇ ਨੀ ਅਸੀਂ ਦਿਲਾਂ ਤੋਂ ਕਾਇਲਿਆ, ਜਾਂ ਪੰਜਾਬ ਹੀ ਜਾਊਗਾ ਹੁਣ ਜਾਂ ਪੰਜਾਬ ਵਿੱਚੋਂ ਇਹ ਸਲਫਾਸਾਂ ਜਾਣਗੀਆਂ, ਜਾਂ ਜਿੱਤ ਕੇ ਜਾਵਾਂਗੇ ਜਾਂ ਲਾਸ਼ਾਂ ਜਾਣਗੀਆਂ, ਜਾਂ ਇੱਥੋਂ ਹੁਣ ਜਿੱਤ ਕੇ ਜਾਵਾਂਗੇ ਜਾਂ ਸਾਡੀਆਂ ਲਾਸ਼ਾਂ ਜਾਣਗੀਆਂ। ਯੂਥ ਇੰਨਾ ਕੁ ਸਿਆਣਾ ਹੋ ਗਿਆ ਕਿ ਸਾਥੋਂ ਵੀ ਕਿਤੇ ਕੋਈ ਗਲਤੀ ਹੋ ਜਾਂਦੀ ਹੈ, ਤਾਂ ਨਾਲ ਨਾਲ ਕਹਿੰਦੇ ਕਿ ਵੀਰੇ ਇੱਥੋਂ ਗਲਤੀ ਹੋ ਰਹੀ ਹੈ, ਇਹਨੂੰ ਸਹੀ ਕਰੀਏ, ਤਾਂ ਤੁਸੀਂ ਸਾਨੂੰ ਜ਼ਰੂਰ ਸਲਾਹ ਦਿਆ ਕਰੋ ਕਿਤੇ ਕੋਈ ਗਲਤੀ ਹੁੰਦੀ ਹੈ ਸਾਡੇ ਤੋਂ, ਜਾਂ ਸਹੀ ਰਾਹ ਹੋਰ ਤੁਹਾਨੂੰ ਵਧੀਆ ਲੱਗਦਾ ਉਹ ਸਾਨੂੰ ਦੱਸਿਆ ਕਰੋ। ਬਾਕੀ ਜੀ ਸਾਰਿਆਂ ਨੂੰ ਮੈਂ ਇੱਕ ਰਿਕੁਐਸਟ ਕਰਨ ਲੱਗਿਆ, 5 ਤਰੀਕ ਨੂੰ ਟਾਈਮ ਰੱਖ ਰਹੇ ਹਾਂ, 3 ਤੋਂ 4 ਸ਼ਾਇਦ, 3 ਜਾਂ 4 'ਚ ਹੀ ਰੱਖਾਂਗੇ ਆਪਾਂ, ਕਿਉਂਕਿ ਸਾਰਿਆਂ ਨੇ ਆਉਣਾ ਹੈਗਾ। ਤਾਂ ਆਪਾਂ ਗਾਣੇ ਦੀ ਲਾਂਚਿੰਗ ਵੀ ਇੱਥੋਂ ਹੀ ਕਰ ਰਹੇ ਹਾਂ ਦਿੱਲੀ ਤੋਂ,
दिल्ली के मंच तो कर रहे हैं साढ़े धरने के मंच तो सारे वीर भरावान मैं हाथ जोड़ के बेनती करदा जी सारे सिंगर भरावान सारे वीर एक बार फिर तो सारे यूथ ने आना गाना उत्थे सिर्फ असी लॉन्च कर रहे हैं कि गाना उस मौके पर लॉन्च करांगे पर पहल साड़ी ये है कि असी फिर तो यूथ ते सारे इकट्ठे होकर एक बार फिर तो धरने पर दस्तक देिए फिर तो इत्थे आईए फिर तो एक बार पंप हो सारा कुछ तो अरदास है जी बाबा जी अगे कि सारा कुछ छेती ठीक हो बट तुसी 5 तरीक नूं सब ने जरूर पहुँचना है जी जरूर दिल्ली पहुँचना है।